ਸਤਿ ਸ਼੍ਰੀ ਅਕਾਲ ਜੀ ਮੈਂ ਗੁਰੀ ਘਰਾਣਾ ਅੱਜ ਇੱਕ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਇਆ ਤੁਹਾਡੇ ਲਈ ਇਹ ਹਰ ਇੱਕ ਇਨਸਾਨ ਦੀ ਜ਼ਿੰਦਗੀ ਨਾਲ ਜੁੜੀ ਹੋਈ ਵੀਡੀਓ ਤੇ ਖਾਸ ਕਰਕੇ ਉਹਨਾਂ ਲੋਕਾਂ ਲਈ ਜਿਹੜੇ ਲੋਕ ਨਾਰਮਲ ਦਿਹਾੜੀ ਕਰਦੇ ਨੇ ਜਾਂ ਲੇਬਰ ਦਾ ਕੰਮ ਕਰਦੇ ਨੇ ਜਾਂ ਮਤਲਬ ਕਿਸਾਨੀ ਨਾਲ ਜੁੜੇ ਹੋਏ ਲੋਕ ਨੇ ਇਹ ਉਹਨਾਂ ਵਾਸਤੇ ਬਹੁਤ ਹੀ ਵਧੀਆ ਵੀਡੀਓ ਆ ਕਿਉਂਕਿ ਜਿਵੇਂ ਆਪਾਂ ਦੇਖਦੇ ਆ ਨਾਰਮਲ ਕਿਸੇ ਵੀ ਪਰਿਵਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਡੈਥ ਹੋ ਜਾਂਦੀ ਹੈ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਆਪਾਂ ਜਿਵੇਂ ਆਮ ਸੁਣਦੇ ਆ ਲੋਕਾਂ ਨੇ ਮਤਲਬ ਪਾਲਿਸੀ ਲੈਤੀ ਹੋਈ ਆ ਕੋਈ ਬੀਮਾ ਪਾਲਿਸੀ ਲੈਤੀ ਆ ਕੋਈ ਕੁਛ ਲੈ ਤਾ ਕਵਰ ਕਰਵਾਇਆ ਹੁੰਦਾ ਤਾਂ ਜੋ ਉਹਦੀ ਮਤਲਬ ਹੁੰਦੀ ਆ ਪ੍ਰੋਪਰਟੀ ਹੁੰਦੀ ਆ ਜਾਂ ਬੀਮਾ ਹੁੰਦਾ ਉਹਦੇ ਨਾਲ ਉਹਦੇ ਜਿਹੜੇ ਬੱਚੇ ਹੁੰਦੇ ਉਹਨਾਂ ਕੋਲੇ ਚਲਾ ਜਾਂਦਾ ਜੋ ਕੋਈ ਕਰਜ਼ਾ ਵਰਜ਼ਾ ਜਾਂ ਕੁਛ ਵੀ ਉਹਨੇ ਲੈਣ ਦੇਣਾ ਹੁੰਦਾ ਉਹਦੇ ਨਾਲ ਕਵਰ ਹੋ ਜਾਂਦਾ ਪਰ ਇੱਕ ਭਾਰਤ ਸਰਕਾਰ ਦੀ ਜਿਹੜੀ ਬੀਮਾ ਪਾਲਿਸੀ ਆ 2015-16 ਤੋਂ ਚੱਲ ਰਹੀ ਹੈ ਜੀ ਤੇ ਉਹ ਬੀਮਾ ਪਾਲਿਸੀ ਜਿਹੜੀ ਉਹ ਹੈਵੀ ਸਸਤੀ ਹੈ ਤੇ ਹੈਗੀ ਵੀ ਫਾਇਦੇਮੰਦ ਹੈ ਤੇ ਹਰ ਇੱਕ ਉਹ ਇਨਸਾਨ ਲਈ ਤਾਂ ਬਿਲਕੁਲ ਹੀ ਫਾਇਦੇਮੰਦ ਹੈ ਜਿਹੜਾ ਬੰਦਾ ਜਿਆਦਾ 25 25 30 30000 50 5000 ਦੀ ਬੀਮੇ ਨਹੀਂ ਕਰਵਾ ਸਕਦਾ ਪਰ ਘੱਟ ਵਾਲੇ ਕਰਵਾ ਸਕਦਾ ਇਹ ਚ ਦੇ ਵਿੱਚ ਬਹੁਤ ਹੀ ਘੱਟ ਰੁਪਏ ਤੇ ਕੋਈ ਜਿਆਦਾ ਤੁਹਾਡਾ ਸਮਾਂ ਵੀ ਨਹੀਂ ਵੀ ਕੋਈ ਤੁਹਾਡੀ ਫਾਰਮੈਲਟੀ ਨਹੀਂ ਜਿਆਦਾ ਇੱਕ ਵਾਰ ਤੁਸੀਂ ਬੈਂਕ ਜਾਣਾ ਤੇ ਉਹ ਕਰਵਾ ਲੈਣੀ ਤੇ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੁਹਾਨੂੰ ਸਾਰਾ ਡਿਟੇਲ ਚ ਸਮਝਾਵਾਂਗੇ ਮੈਂ ਬੋਰਡ ਤੇ ਲਿਖ ਕੇ ਤੁਹਾਨੂੰ ਪ੍ਰੋਪਰ ਦੇਖਿਆ ਹੋਇਆ ਤੇ ਮੈਂ ਤੁਹਾਨੂੰ ਸਮਝਾਉਣਾ ਵੀ ਕਿਹੜੇ ਕਿਹੜੀਆਂ ਇਹ ਆਪਣੀਆਂ ਸਕੀਮਾਂ ਕਿਹੜੇ-ਕਿਹੜੇ ਆਪਾਂ ਕਦੋਂ ਲੈ ਸਕਦੇ ਆ ਕਦੋਂ ਕਰਵਾ ਸਕਦੇ ਕੋਣ ਕਿਹੜੀ ਉਮਰ ਚ ਕੌਣ ਕਰਵਾ ਸਕਦਾ ਇਹ ਆਪਣੇ ਕੋਲੇ ਜੀ ਦੋ ਤਰ੍ਹਾਂ ਦੀਆਂ ਜਿਹੜੀਆਂ ਪ੍ਰਧਾਨ ਮੰਤਰੀ ਨਾ ਜੀਵਨ ਜੋਤੀ ਬੀਮਾ ਯੋਜਨਾ ਜੀ ਇੱਕ ਤਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇੱਕ ਹੈਗੀ ਆ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਇਹ ਦੋ ਬੀਮਾ ਯੋਜਨਾ ਨੇ ਜੀ ਇਹ ਦੋਨੇ ਬੀਮਾ ਯੋਜਨਾ ਦਾ ਮੈਂ ਕੱਲੀ-ਕੱਲੀ ਚੀਜ਼ ਡਿਟੇਲ ਚ ਦੱਸੂਗਾ ਕਿਸੇ ਨੂੰ ਕੋਈ ਚੀਜ਼ ਨਾ ਸਮਝ ਆਈ ਤਾਂ ਮੇਰਾ ਨੰਬਰ ਇਹਦੇ ਵਿੱਚ ਹੈਗਾ ਜਾਂ ਮੈਨੂੰ ਮੈਸੇਜ ਕਰ ਸਕਦੇ ਹੋ ਮੇਰੇ ਫੇਸਬੁੱਕ ਪੇਜ ਤੇ ਤੇ ਅਗਰ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲਾਈਕ ਕਰਿਓ ਜਵੇਂ ਜਿਹੜੀ ਜੀਵਨ ਜੋਤੀ ਬੀਮਾ ਯੋਜਨਾ ਜੀ ਇਹਦੇ ਵਿੱਚ ਤੁਹਾਨੂੰ ਸਾਲ ਦੇ 1 ਸਾਲ ਦੇ 330 ਰੁਪਏ ਭਰਨੇ ਪੈਂਦੇ ਨੇ ਜੀ ਤੇ 18 ਸਾਲ ਤੋਂ 50 ਸਾਲ ਤੱਕ ਦੀ ਉਮਰ ਦੇ ਵਿੱਚ ਆਲਾ ਬੰਦਾ ਇਹਨੂੰ ਕਰਵਾ ਸਕਦਾ ਜਿਹਦੀ 18 ਸਾਲ ਤੋਂ ਉੱਪਰ ਉਮਰ ਹੈ 50 ਤੋਂ ਘੱਟ ਹੈ ਉਹ ਕਰਵਾ ਸਕਦਾ ਪਰ ਜੇ ਤੁਸੀਂ 50 ਸਾਲ ਦੀ ਉਮਰ 'ਚ ਕਰਵਾਉਣੇ ਤਾਂ ਉਹ 55 ਸਾਲ ਤੱਕ ਵੀ ਤੁਸੀਂ ਲਿਜਾ ਸਕਦੇ ਹੋ ਇਹਨੂੰ ਮਤਲਬ ਤੁਸੀਂ 5 ਸਾਲ ਅੱਗੇ ਵਧਾ ਸਕਦੇ ਹੋ 55 ਸਾਲ ਤੱਕ ਜਾ ਸਕਦੇ ਜੇ 49 ਸਾਲ ਦੀ ਉਮਰ 'ਚ ਕਰਾਉਣੇ 59 ਸਾਲ ਤੱਕ ਮਤਲਬ 5 ਸਾਲ ਅੱਗੇ ਤੱਕ ਜਾ ਸਕਦੇ ਪਰ 50 ਸਾਲ ਤੱਕ ਹੀ ਪਰ ਪਾਲਿਸੀ ਸਟਾਰਟ ਹੋਈ ਹੋ 50 ਸਾਲੀ ਉਮਰ ਹੋਣੀ ਚ ਇਦੇ ਵਿੱਚ ਜਿਹੜਾ ਕਵਰੇਜ ਆਪਣਾ 2 ਲੱਖ ਰੁਪਏ ਦਾ ਹੈਗਾ ਕਿਸੇ ਵੀ ਤਰ੍ਹਾਂ ਆਪਣੀ ਮੌਤ ਹੋ ਜਾਂਦੀ ਹੈ ਜਦੋਂ ਆਪਾਂ ਇਹ ਪਾਲਿਸੀ ਕਰਵਾ ਲਈ ਮੰਨ ਲਓ ਜੀ 330 ਰੁਪਏ ਵਾਲੀ ਆਪਾਂ ਇਹ ਪਾਲਿਸੀ ਕਰਵਾ ਲੈਨੇ ਆ 330 ਰੁਪਏ ਦੇ ਵਿੱਚ ਤੁਹਾਡੇ ਕਿਸੇ ਵੀ ਬੈਂਕ ਖਾਤੇ 'ਚ ਤੁਸੀਂ ਕਰਵਾ ਸਕਦੇ ਹੋ ਜਿਸ ਮਰਜ਼ੀ ਬੈਂਕ 'ਚ ਤੁਸੀਂ ਚਲੇ ਜਾਓ ਇਹ ਪਾਲਿਸੀ ਮਿਲੂਗੀ ਤੁਹਾਨੂੰ ਕਿਉਂਕਿ ਇਹ ਭਾਰਤ ਸਰਕਾਰ ਵੱਲੋਂ ਚਲਾਈ ਹੋਈ ਹੈ ਇਹ ਪਾਲਿਸੀ ਤੁਸੀਂ ਕਿਸੇ ਵੀ ਬੈਂਕ 'ਚੋਂ 330 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਇਹਦੇ ਵਿੱਚ 45 ਦਿਨਾਂ ਬਾਅਦ ਜਦੋਂ ਤੁਹਾਡੀ ਪਾਲਿਸੀ ਸਟਾਰਟ ਹੁੰਦੀ ਹੈ 45 ਦਿਨਾਂ ਬਾਅਦ 2 ਲੱਖ ਰੁਪਏ ਦਾ ਕਵਰ ਹੈ ਕਿਸੇ ਵੀ ਤਰ੍ਹਾਂ ਆਪਣੀ ਡੈਥ ਹੋ ਜਾਂਦੀ ਆ ਮੰਨ ਲਓ ਹਾਰਟ ਅਟੈਕ ਹੋ ਗਿਆ ਨਾਰਮਲ ਕੋਈ ਮਤਲਬ ਬੰਦਾ ਕਹਿੰਦੇ ਸੁੱਤਾ ਹੀ ਰਹਿ ਗਿਆ ਜੀ ਜਾਂ ਕਿਸੇ ਤਰ੍ਹਾਂ ਦਾ ਕੋਈ ਜਾਦਾ ਪੁਰਾਣੀ ਬਿਮਾਰੀ ਨਾਲ ਵੀ ਕਿਸੇ ਵੀ ਤਰ੍ਹਾਂ ਦੀ 45 ਦਿਨਾਂ ਬਾਅਦ ਪਾਲਿਸੀ ਕਰਾਉਣ ਤੋਂ ਆਪਣੀ ਡੈਥ ਹੋ ਜਾਂਦੀ ਆ ਤਾਂ ਉਹਦੇ ਪਰਿਵਾਰ ਨੂੰ 2 ਲੱਖ ਰੁਪਏ ਮਿਲੂਗਾ 2 ਲੱਖ ਰੁਪਏ ਡੈਥ ਤੋਂ ਬਾਅਦ ਮਿਲ ਨਹੀਂ ਮਿਲਣਾ ਇਹ ਚ ਇੰਸ਼ੋਰਡ ਹੈਗਾ ਇਹ ਸਭ ਤੋਂ ਵਧੀਆ ਇਹ ਚ ਕੀ ਹੈਗਾ 330 ਰੁਪਏ ਇੱਕ ਸਾਲ ਦੇ ਨੇ 2 ਲੱਖ ਰੁਪਏ ਅੱਜ ਕੱਲ ਜਿਵੇਂ ਆਪਾਂ ਨਾਰਮਲ ਦੇਖਦੇ ਆਂ ਹਰ ਇੱਕ ਬੰਦੇ ਤੇ ਲੱਖ 2 ਲੱਖ ਰੁਪਏ ਤਾਂ ਨਾਰਮਲ ਕਰਜਾ ਹੈ ਤੇ ਖਾਸ ਕਰਕੇ ਪੰਜਾਬ ਚ ਤਾਂ ਵੀ ਬਹੁਤ ਜ਼ਿਆਦਾ ਕਰਜ਼ਾ ਜਿਵੇਂ ਆਪਾਂ ਸਰਕਾਰਾਂ ਤੇ ਵੀ ਕਹਿ ਰਹੇ ਆ ਤੇ ਕਰਜ਼ਾ ਹੈਗਾ ਪੰਜਾਬ ਤੇ ਹਰ ਇੱਕ ਇਨਸਾਨ ਤੇ ਕਰਜ਼ਾ ਹੈਗਾ ਤਾਂ ਜੇ 2 ਲੱਖ ਰੁਪਏ ਤੱਕ ਦਾ ਮਤਲਬ ਆਪਣੇ ਨਾਰਮਲ ਆਪਣੀ ਦੇਣਦਾਰੀ ਹਰ ਇੱਕ ਬੰਦੇ ਦੀ ਅੱਜ ਕੱਲ ਮਤਲਬ ਕਿਸੇ ਨਾ ਕਿਸੇ ਤਰੀਕੇ ਬੰਦੇ ਦੀ ਦੇਣਦਾਰੀ ਹੁੰਦੀ ਹੈ ਜੀ ਉਹ ਪਰਿਵਾਰ ਪੱਖੋਂ ਲਾ ਲੋ ਕੋਈ ਆਪਾਂ ਕੰਮ ਤੋੜਿਆ ਹੁੰਦਾ ਅਚਨ ਚੇਤ ਆਪਾਂ ਨੂੰ ਪਤਾ ਰੱਬ ਨੇ ਕਦੋਂ ਕਿਸੇ ਨਾਲ ਕੀ ਹੋ ਜਾਂਦਾ ਤਾਂ ਪਰਿਵਾਰ ਤੇ ਮੁਸੀਬਤਾਂ ਆਵੇ ਉਹਦੇ ਨਾਲੋਂ ਚੰਗਾ ਵੀ ਆਪਾਂ 330 ਰੁਪਏ ਇੱਕ ਸਾਲ ਦੇ ਭਰਨੇ ਜੇ ਤੁਸੀਂ ਲਾ ਲਓ 50 ਸਾਲ ਤੱਕ ਵਿੱਚ ਆਪ ਨੂੰ ਕੋਈ ਹੁੰਦਾ ਟੈਨਸ਼ਨ ਤਾਂ ਆਪ ਨੂੰ ਹੋਏ ਮਤਲਬ ਇਹਦੇ ਨਾਲ ਆਪ ਨੂੰ 2 ਲੱਖ ਰੁਪਏ ਆਪਣੀ ਫੈਮਿਲੀ ਨੂੰ ਮਿਲ ਜਾਣਗੇ ਤੇ ਸਭ ਤੋਂ ਵਧੀਆ ਚੀਜ਼ ਕੀ ਹੈ ਜੇ ਮੰਨ ਲਓ ਕੋਈ 20 ਸਾਲ ਦੀ ਉਮਰ ਚ ਕਰਾਉਂਦਾ ਹੈਗਾ ਜੀ 50 ਸਾਲ ਤੱਕ ਕਰਾਊਗਾ ਤਾਂ ਜੀ ਹੁਣ 330 ਰੁਪਏ ਇਹ ਚ ਜੀਵਨ ਜੀਤੀ ਬੀਮਾ ਚ ਜੇ ਤੁਸੀਂ 10 ਸਾਲ ਚਲਾਉਣੇ ਹੋ ਤਾਂ ਸਾਰਾ 3300 ਰੁਪਏ ਹੋਇਆ ਕੋਈ ਜ਼ਿਆਦਾ ਨਹੀਂ ਹੈਗਾ 20 ਸਾਲ ਦਾ ਤੁਸੀਂ ਲਾ ਲਓ 6800 7600 ਰੁਪਏ ਹੋਇਆ ਤਾਂ 30 ਸਾਲ ਤੱਕ ਚਲਾਉਣੇ 10000 ਰੁਪਏ ਭਰੋਗੇ ਪਰ ਆਪਣੀ ਫੈਮਿਲੀ ਨੂੰ ਆਪਾਂ 2 ਲੱਖ ਦਾ ਬੀਮਾ ਜਿਹੜ ਤੇ ਦੂਸਰਾ ਜੀ ਜਿਹੜੀ ਇਹਦੇ ਵਿੱਚ ਇੱਕ ਸਕੀਮ ਆ ਜਿੰਦੀ ਜੀ ਸੁਰੱਖਿਆ ਬੀਮਾ ਯੋਜਨਾ ਇਹ ਜਿਹੜੀ ਹੈਗੀ ਹੈ ਜੀ ਇਹ 12 ਰੁਪਏ ਇੱਕ ਸਾਲ ਦੇ ਭਰਨੇ ਆਪਾਂ ਸਿੰਪਲ ਇਹਦੇ ਵਿੱਚ ਇੱਕ ਸਾਲ ਦੇ ਵਿੱਚ ਦੋ ਮਤਲਬ ਆਪਾਂ ਭਰਨੇ ਆ 12 ਰੁਪਏ ਇਹਦੀ ਉਮਰ ਹੈ ਜਿਹੜੀ ਲਿਮਟ ਹੈਗੀ ਉਹ 18 ਤੋਂ 70 ਸਾਲ ਹੈ 18 ਸਾਲ ਤੋਂ ਕੋਈ ਵੱਡਾ ਤੇ 70 ਸਾਲ ਤੋਂ ਛੋਟਾ ਉਹ ਇਹਨੂੰ ਕਰਵਾ ਸਕਦਾ ਤੇ ਇਹਦੇ ਵਿੱਚ ਵੀ 2 ਲੱਖ ਦਾ ਕਵਰ ਹੈ ਜੀ ਇਹਦੇ ਵਿੱਚ ਜਿਵੇਂ ਤੁਸੀਂ ਆਪਾਂ ਨਾਰਮਲ ਅੱਜਕੱਲ ਦੇਖਦੇ ਆਂ ਜੀ ਵੀ ਬੰਦਾ ਕੋਈ ਦਿਹਾੜੀ ਕਰਕੇ ਵਿਚਾਰਾ ਆ ਰਿਹਾ ਸੀ ਹੱਥ ਨੂੰ 500 ਰੁਪਏ ਦੇ ਦਿਹਾੜੀ ਤੇ ਜਾ ਕੇ ਸਾਈਕਲ ਤੇ ਜਾਂਦਾ ਕੋਈ ਉਹਨੂੰ ਟੱਕਰ ਮਾਰ ਗਿਆ ਉਹਦੀ ਡੈਥ ਹੋ ਗਈ ਜਿਹਾ ਆਪਾਂ ਨਾਰਮਲ ਵੀ ਕਿੰਨੇ ਆਪਾਂ ਕੇਸ ਦੇਖਦੇ ਆ ਐਕਸੀਡੈਂਟਲ ਦੇ ਕਿਸੇ ਮਤਲਬ ਮੋਟਰਸਾਈਕਲ ਤੇ ਜਾ ਰਿਹਾ ਸੀ ਗਾਈ ਜਾਂ ਠੱਠੇ ਨਾਲ ਟਕਰ ਹੋ ਗਈ ਜਾਂ ਅਚਨਚੇਤ ਮਤਲਬ ਕੋਈ ਬੰਦਾ ਸੜਕ ਤੋਂ ਵੈਸੇ ਕੋਈ ਹੋ ਗਿਆ ਜਾਂ ਕੋਈ ਫੇਟ ਮਾਰ ਗਿਆ ਕਿ ਕਿੰਨੇ ਤਰ੍ਹਾਂ ਦੇ ਆਪਾਂ ਰੋਜ਼ ਖਬਰਾਂ ਦੇਖਦੇ ਆ ਜੀ ਜਾਂ ਕਿਤੇ ਕੋਈ ਦਰਸ਼ਨ ਕਰਨ ਗਈ ਸੀ ਵਸਤੇ ਵੀ ਇਕੱਠੇ 40 ਸਵਾਰੀਆਂ ਦੀ ਮਤਲਬ 20 ਦੀ ਡੈਥ ਹੋ ਗਈ 20 ਦੇ ਮਤਲਬ ਹੋ ਗਿਆ ਉਹਦੇ ਵਿੱਚ ਆਪ ਨੂੰ ਅਗਰ ਐਕਸੀਡੈਂਟ ਨਾਲ ਮੌਤ ਹੁੰਦੀ ਆ ਤਾਂ ਉਹਦੀ ਫੈਮਿਲੀ ਨੂੰ 2 ਲੱਖ ਰੁਪਿਆ ਮਿਲੇਗਾ ਜੀ ਤੇ ਜੇ ਅਗਰ ਉਸੇ ਬੰਦੇ ਨੇ ਇਹ ਵੀ ਕਰਵਾਈ ਹੋਈ ਆ ਤੇ ਇਹ ਵੀ ਕਰਵਾਈ ਹੋਈ ਆ ਜੀਵਨ ਜੋਤੀ ਬੀਮਾ ਵੀ ਤੇ ਆਪਣਾ ਸੁਰੱਖਿਆ ਬੀਮਾ ਯੋਜਨਾ ਤਾਂ ਉਹਨੂੰ 4 ਲੱਖ ਰੁਪਿਆ ਮਿਲੂਗਾ ਜੀ ਕਿਉਂਕਿ 2 ਲੱਖ ਉਹਦਾ ਬੀਮੇ ਵਾਲਾ ਕਰਵਾਇਆ ਹੋਇਆ ਸੀਗਾ 2 ਲੱਖ ਦੇ ਵਾਲਾ ਤਾਂ ਉਹਦੇ ਸੂਰਤ ਦੇ ਵਿੱਚ 4 ਲੱਖ ਰੁਪਿਆ ਮਿਲੂਗਾ ਅਗਰ ਬੰਦੇ ਨੇ ਕਰਵਾਈ ਗੱਲ ਹੀ ਐਕਸੀਡੈਂਟ ਲੈ ਜਿਹੜੀ ਇਹ ਵਾਲੀ ਆ ਤਾਂ ਇਹ 12 ਰੁਪਿਆ ਦੇ ਵਿੱਚ 2 ਲੱਖ ਰੁਪਿਆ ਮਿਲੂਗਾ ਬੰਦੇ ਨੂੰ ਤੁਸੀਂ ਹਿਸਾਬ ਲਾ ਲਓ ਵੀ ਜਿਹੜਾ ਬੰਦਾ ਨਾਰਮਲ ਦਿਹਾੜੀ ਕਰਦਾ ਜਾਂ ਖੇਤੀ ਕਰਦਾ ਤਾਂ ਉਹ 20 20 30000 ਦੀਆਂ LIC ਜਾਂ ਕਿਸੇ ਹੋਰ ਕੰਪਨੀ ਦੀਆਂ ਪਾਲਿਸੀਆਂ ਆਪਾਂ ਦੇਖਦੇ ਆਂ ਕਰਵਾਉਂਦੇ ਨੇ ਉਹ ਵੀ ਬਹੁਤ ਵਧੀਆ ਚੀਜ਼ਾਂ ਨੇ ਪਰ ਉਹਨਾਂ 'ਚ ਪ੍ਰੀਮੀਅਮ ਜ਼ਿਆਦਾ ਹੁੰਦਾ ਤੇ ਰੁਪਏ ਵੀ ਆਪਾਂ ਨੂੰ ਜ਼ਿਆਦਾ ਮਿਲਦੇ ਆਂ ਪਰ ਜੇ ਕੋਈ ਘੱਟ ਵਾਲਾ ਕਰਨਾ ਚਾਹੁੰਦਾ ਵੀ ਆਪਾਂ ਨੂੰ ਹੁੰਦਾ ਜੀ ਆਪਾਂ ਤਾਂ ਨਾਰਮਲ ਕਰਨਾ ਜੀ ਆਪਾਂ ਨੂੰ ਤਾਂ ਵੀ ਪਰ ਨਹੀਂ ਸਕਦੇ ਹੁਣ ਦਿਹਾੜੀਦਾਰ ਬੰਦੇ ਲਈ ਲਾਲੋ ਵੀ ਸਾਲ ਦੇ 342 ਰੁਪਏ ਬਣਦੇ ਨੇ ਤਾਂ ਤੁਸੀਂ ਇਹ ਲਾ ਲਓ ਵੀ ਇੱਕ ਦਿਨ ਦੀ ਦਿਹਾੜੀ ਜੇ ਬੰਦਾ ਲਾ ਕੇ ਤਾਂ ਆਪਦੇ 4 ਲੱਖ ਰੁਪਏ ਤੱਕ ਦਾ ਆਪਣੇ ਬੱਚਿਆਂ ਲਈ ਸਿਕਿਉਰ ਕਰ ਸਕਦਾ ਜੀ ਕਿਸੇ ਵੀ ਤਰ੍ਹਾਂ ਦਾ ਚਲੋ ਘਰ ਪਾਇਆ ਕਿਸ ਤੋਂ ਲੈਤਾ ਦਿੱਤਾ ਉਹ ਸਾਰਾ ਇਹਦੇ ਵਿੱਚ ਨਿਬੜ ਜਾਂਦਾ ਜੀ ਇਸ ਕਰਕੇ ਇਹ ਦੋਨੋਂ ਜਿਹੜੀਆਂ ਪਾਲਿਸੀਆਂ ਨੇ ਬਹੁਤ ਵਧੀਆ ਨੇ ਆਪਣੇ ਜਿਸ ਵੀ ਬੈਂਕ ਦੇ ਵਿੱਚ ਖਾਤਾ ਇਹਦੇ ਵਿੱਚ ਕੋਈ ਤੁਹਾਨੂੰ ਜ਼ਰੂਰੀ ਨਹੀਂ ਵੀ ਆਪਾਂ ਸਰਕਾਰੀ ਜਾਣਾ ਜਾਂ ਪ੍ਰਾਈਵੇਟ ਬੈਂਕ ਜਾਣਾ ਕਿਸੇ ਵੀ ਬੈਂਕ 'ਚ ਤੁਸੀਂ ਜਾ ਸਕਦੇ ਹੋ ਇੱਕ ਪਾਲਿਸੀ ਇਹ ਤੋਂ ਲੈ ਲਓ ਇੱਕ ਤੋਂ ਲੈ ਲਓ ਹਾਂ ਇੱਕ ਇਹਦੇ ਵਿੱਚ ਇਹ ਸ਼ਰਤ ਹੈਗੀ ਆ ਤੁਸੀਂ ਇਹ ਨਹੀਂਗਾ ਤੁਸੀਂ ਤਿੰਨ ਬੈਂਕਾਂ ਤੋਂ ਕਰਵਾ ਲਿਆ ਤਾਂ 12 ਲੱਖ ਬਣਦਾ ਉਹ ਨਹੀਂ ਮਿਲੂਗਾ ਇਹਦੇ ਵਿੱਚ 2 ਲੱਖ ਇਹ ਮਿਲਣਾ 2 ਇਹ ਮਿਲਣਾ ਕਿਸੇ ਮਰਜ਼ੀ ਬੈਂਕ ਤੋਂ ਲੈ ਲਓ ਚਾਹੇ ਤੁਸੀਂ ਸਾਰੇ ਬੈਂਕਾਂ ਤੋਂ 10 ਬੈਂਕਾਂ ਤੋਂ ਕਰਵਾ ਲਓ ਪਾਲਿਸੀ ਪਰ ਕਿਸੇ ਵੀ ਬੈਂਕ ਤੋਂ ਤੁਸੀਂ ਕਰਵਾਓ ਤੇ ਜ਼ਰੂਰ ਜਾ ਕੇ ਆਪਣੀ ਵੀਡੀਓ ਦੇਖ ਕੇ ਇੱਕ ਤਾਂ ਆਪ ਨੂੰ ਕਮੈਂਟ ਕਰਕੇ ਤੇ ਆਪਣੀ ਲਾਈਕ ਤੇ ਸ਼ੇਅਰ ਕਰਕੇ ਆਪਾਂ ਦਾ ਸਹਿਯੋਗ ਦਿਓ ਵੀਡੀਓ ਦਾ ਵੱਧ ਤੋਂ ਵੱਧ ਆਪਾਂ ਨੂੰ ਮਤਲਬ ਇਹ ਹੌਸਲਾ ਮਿਲੇ ਆਪਾਂ ਹੋਰ ਵੀਡੀਓ ਇਹ ਜੀਆਂ ਪਾ ਸਕੀ ਜੀ ਤੇ ਇਹ ਮੇਰੇ ਵੀ ਜਿੰਨੇ ਵੀ ਮੇਰੇ ਵੀਰੇ ਵੀਡੀਓ ਦੇਖ ਰਹੇ ਤੇ ਜਿਨਾਂ ਨੂੰ ਵਧੀਆ ਲੱਗੀ ਸਭ ਤੋਂ ਪਹਿਲਾਂ ਆਪਣੇ ਆਪਣਾ ਤੇ ਆਪਣੇ ਫੈਮਿਲੀ ਦਾ ਤਾਂ ਇਹ ਜ਼ਰੂਰ ਕਰਾ ਕੇ ਰੱਖੋ ਜਿਹਨੂੰ 330 ਰੁਪਏ ਵੀ ਜ਼ਿਆਦਾ ਲੱਗਦੇ ਜੀ ਤੁਸੀਂ ਆ ਲੈ ਲਓ ਕੋਈ ਵੀ ਤੁਸੀਂ ਕਿਸੇ ਤਰ੍ਹਾਂ ਦਾ ਅੱਜ ਕੱਲ ਆਪ ਦੇਖਦੇ ਹਰ ਬੰਦਾ ਕੋਈ ਨਾ ਕੋਈ ਬੈਲ ਆ ਕੋਈ ਚਾਹ ਪੀਂਦਾ ਹੈ ਕੋਈ ਨਸ਼ਾ ਕਰਦਾ दारू ਪੀਂਦਾ ਕੋਈ ਸਿਗਰਟ ਪੀਂਦਾ ਕੋਈ ਕੁਛ ਕਰਦਾ ਕਿਸੇ ਵੀ ਤਰ੍ਹਾਂ ਨਸ਼ਾ ਤੁਸੀਂ ਇੱਕ ਦਿਨ ਲਈ ਦੋ ਦਿਨ ਲਈ ਆਪਦਾ ਛੱਡ ਦਿਓ 330 ਰੁਪਏ ਵਾਲੀ ਇਹ ਜ਼ਰੂਰ ਕਰੋ ਤੇ 12 ਰੁਪਏ ਤਾਂ ਹੈ ਹੀ ਕੁਛ ਨਹੀਂ ਇਹ ਤਾਂ ਇੱਕ ਦਿਨ ਦੀ ਚਾਹ ਆ ਜੀ ਨਾਰਮਲ ਇੰਨੇ ਨਾਲ ਮੈਂ ਇੱਥੇ ਆਪਣੀ ਵੀਡੀਓ ਨੂੰ ਖਤਮ ਕਰਦਾ ਹੋਰ ਨਵੀਆਂ ਵੀਡੀਓ ਮੇਰੇਆਂ ਦੇਖਣ ਲਈ ਮੇਰੇ ਚੈਨਲ ਨੂੰ ਗੁਰੀ ਘਰਾਂਗੜੇ ਨੂੰ ਲਾਈਕ ਤੇ ਸ਼ੇਅਰ ਕਰਿਓ ਜੀ ਵੱਧ ਤੋਂ ਵੱਧ ਆਪਾਂ ਨੂੰ ਸਪੋਰਟ ਕਰਿਓ ਤਾਂ ਜੋ ਆਪਾਂ ਤੁਹਾਨੂੰ ਜੋ ਲੋਕਾਂ ਦੇ ਚੰਗੇ ਤੇ ਵਧੀਆ ਮਤਲਬ ਕੰਮ ਆਉਣ ਵਾਲੀਆਂ ਵੀਡੀਓ ਆਪਾਂ ਬਣਾ ਸਕੀ ਜੀ ਵੱਧ ਤੋਂ ਵੱਧ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਧੰਨਵਾਦ ਜੀ